बॉस बॉस ए वेखो मैं की लिया हां की है ना बोरिया च कोई खजाना हाथ लग गया है खजाना नहीं बॉस एदे विच कैलेंडर ने वेखो ए क्रॉस दा निशान है कैलेंडर दिया तरीका ते क्यों है बॉस ए ओ दिन ने जदो जदो तुसी वीर नु फिनिश करन विच फेल हो गए सी म्याओ मतलब इन्ने साला तो बॉस फेल होंदे आ रहे ने ते तू एथे मेनू फेलियर साबित करना आया है बेवकूफा ऐ की कर दिता मेरे नवे एक्सपेरिमेंट दे सारे केमिकल्स तू बर्बाद कर दिते मेरे कोलो ए गलतियां क्यों हुंदियां ने टिम्बकटू ऐ की हो रहा है ओ ऐ ता ब्लॉब बन रहा है एनू हुन कंट्रोल च लियाना पवेगा टिम्बकटू मेरी यो मिसाइल शूटर गन लिया छेती सानू इस ब्लॉब नाल वीर ते अटैक करके उनू फिनिश करना है ना बॉस यस हुण अज दी तारीख विच मैं फेल नहीं होवांगा जा इस ब्लॉब दा अटैक वीर ते करके उनू आजाद कर दे जा वीर इस वारी तू इस ब्लॉब दे अटैक तो नहीं बच सकता तेरा खेल होन खत्म मर गया ए निशाना ता गलत लग गया सब गड़बड़ हो गई बॉस बॉस गलती हो गई मैं वेख लिया है कोई गल नहीं इमली नू मैं कंट्रोल कर लवांगा तू प्लान दे हिसाब नाल आगे वध एमली नू अचानक की हो गया एमली एमली की कर रही है तू एक्सरे विजन ऑन ऐता किसी एलियन ने इमली उत्ते कब्जा कर लिया मेनू दादाजी नु दसना होवेगा दादाजी एथे गड़बड़ हो गई है लगदा है मैड मैक्स ने एक एलियन दे सहारे इमली नु अपने काबू विच कर लिया है वीर तू इमली दा ख्याल रख ते तू अपने एक्सरे विजन विच जेडी उस एलियन दी पिक्चर स्टोर कीती है ओनू मेरे कंप्यूटर स्क्रीन उत्ते सेंड कर मैं कोई राह कढ़दा हां ठीक है दादाजी ਇਹ ਵੱਖ ਵੱਖ ਕੈਮੀਕਲਸ ਤੋਂ ਬਣਿਆ ਹੋਇਆ ਬਲੌਬ ਹੈ ਇਹ ਜ਼ਰੂਰ ਮੈਡ ਮੈਕਸ ਦੀ ਹੀ ਹਰਕਤ ਹੈ ਹੁਣ ਵੀਰ ਨੂੰ ਮੇਰੇ ਕੋਲ ਆਉਣਾ ਹੀ ਪਵੇਗਾ ਬਾਸ ਯੂ ਆਰ ਜੀਨੀਅਸ ਮਿਆਓ ਹੁਣ ਪ੍ਰੇਮ ਸਹਾਇ ਤੇ ਵੀਰ ਕੁਝ ਨਹੀਂ ਕਰ ਸਕਦੇ ਬਸ ਇੱਕ ਵਾਰ ਮੈਂ ਇਮਲੀ ਤੇ ਉਸ ਚੁਲਬੁਲ ਨੂੰ ਆਪਣੇ ਕਾਬੂ ਵਿੱਚ ਕਰ ਲਵਾਂ ਜੀ ਮੈਡ ਮੈਕਸ ਨੇ ਇਮਲੀ ਦੇ ਨਾਲ ਚੁਲਬੁਲ ਨੂੰ ਵੀ ਕਾਬੂ ਵਿੱਚ ਕਰ ਲਿਆ ਹੈ ਤੇ ਇੱਕ ਵੈਨ ਵਿੱਚ ਬੰਦ ਕਰਕੇ ਕਿਤੇ ਲੈ ਜਾ ਰਿਹਾ ਹੈ ਤੁਸੀਂ ਛੇਤੀ ਕੁਝ ਕਰੋ ਰੋਬੋ ਬੋਏ ਸੂਟ ਔਨ ਰੋਬੋ ਬੋਏ ਸੂਟ ਔਨ
ਤੁਹਾਡਾ ਕੰਮ ਤਾਂ ਚੁਲਬੁਲ ਤੇ ਇਮਲੀ ਹੀ ਕਰ ਦੇਣਗੇ। ਵੀਰ ਹੁਣ ਆਪਣੇ ਹੀ ਦੋਸਤਾਂ ਦੇ ਹੱਥੋਂ ਫਿਨਿਸ਼ ਹੋ ਜਾਵੇਗਾ। ਮੈਂ ਤੇਰੀ ਪ੍ਰੋਗਰਾਮਿੰਗ ਚਿਪ ਵਿੱਚ ਸੂਰਜ ਦੀ ਪੋਜ਼ਿਟਿਵ ਐਨਰਜੀਜ਼ ਭੇਜੀਆਂ ਨੇ। ਉਹਨਾਂ ਪੋਜ਼ਿਟਿਵ ਐਨਰਜੀਜ਼ ਨੂੰ ਤੂੰ ਆਨ ਕਰ ਤੇ ਇਮਲੀ ਤੇ ਚੁਲਬੁਲ ਦਾ ਹੱਥ ਫੜ ਕੇ ਉਹ ਐਨਰਜੀਜ਼ ਉਹਨਾਂ ਵਿੱਚ ਸ਼ਾਮਲ ਕਰ, ਜਿਸ ਨਾਲ ਉਹ ਬਲੌਬ ਬਾਹਰ ਆ ਜਾਵੇਗਾ ਤੇ ਤੂੰ ਉਸ ਬਲੌਬ ਨੂੰ ਕੰਟਰੋਲ ਕਰ ਸਕਦਾ ਹੈ। ਮੇਰਾ ਸਿਰ ਕਿਉਂ ਪਾਰਾ ਏ ਤੇ ਇਹ ਅਸੀਂ ਕਿੱਥੇ ਆ ਗਏ ਆ? ਇਮਲੀ, ਮੈਂ ਤੈਨੂੰ ਬਾਅਦ ਵਿੱਚ ਸਮਝਾਉਂਦਾ ਹਾਂ, ਹੁਣ ਚਲੋ। ਯੈਸ ਬੌਸ, ਹੁਣ ਕੁਛ ਟਾਈਮ ਵਿੱਚ ਮੈਂ ਆਪਣੇ ਅੱਡੇ ਤੇ ਪਹੁੰਚ ਜਾਵਾਂਗਾ। ਵੇਖੋ, ਜੋ ਮੈਂ ਕਿਹਾ ਹੈ ਉਦਾਂ ਹੀ ਕਰਨਾ। ਹਾਂ ਵੀਰ, ਮੈਟ ਮੈਕਸ ਨੂੰ ਇਹੀ ਲੱਗੇਗਾ ਕਿ ਅਸੀਂ ਅਜੇ ਵੀ ਉਸ ਦੇ ਕੰਟਰੋਲ ਵਿੱਚ ਹਾਂ। ਅਸੀਂ ਵਧੀਆ ਨਾਟਕ ਕਰਕੇ ਉਹਦਾ ਭਰੋਸਾ ਜਿੱਤ ਲਵਾਂਗੇ। ਗੁੱਡ, ਮੈਡ ਮੈਕਸ ਨੂੰ ਜਰਾ ਵੀ ਸ਼ੱਕ ਨਾ ਹੋਵੇ ਕਿ ਤੁਹਾਨੂੰ ਮੈਂ ਉਸ ਬਲੌਕ ਵਿੱਚੋਂ ਬਾਹਰ ਕੱਢ ਦਿੱਤਾ ਹੈ ਤੇ ਹੁਣ ਤੁਸੀਂ ਉਹਦੇ ਕੰਟਰੋਲ ਵਿੱਚ ਨਹੀਂ ਹੋ। ਬਿਲਕੁਲ ਨਹੀਂ ਹੋਵੇਗਾ। ਕੀ ਨਾ ਕਰੀ, ਨਹੀਂ ਤੇ ਵੈਲ ਡਨ ਟਿੰਬਕਟੂ। ਇਮਲੀ, ਚੁਲਬੁਲ, ਹੁਣ ਤੁਸੀਂ ਵੀਰ ਨੂੰ ਫਿਨਿਸ਼ ਕਰ ਦਿਓ। ਇਟਸ ਐਨ ਆਰਡਰ। ਵੇਖਦੇ ਕੀ ਹੋ, ਉਸ ਵੀਰ ਨੂੰ ਫਿਨਿਸ਼ ਕਰੋ। ਮੈਨੂੰ ਕੁਝ ਗੜਬੜ ਲੱਗ ਰਹੀ ਹੈ। ਇਹ ਕੀ ਹੋ ਰਿਹਾ ਹੈ? ਉਸ ਬਲੌਬ ਦਾ ਇਹ ਰਿਮੋਟ ਕੰਮ ਕਿਉਂ ਨਹੀਂ ਕਰ ਰਿਹਾ? ਕਿਉਂਕਿ ਤੁਹਾਡਾ ਉਹ ਕੈਮੀਕਲ ਬਲੌਬ ਇਮਲੀ ਦੇ ਚੁਲਬੁਲ ਵਿੱਚ ਨਹੀਂ ਬਲਕਿ ਮੇਰੇ ਕੋਲ ਹੈ। ਇਹ ਕੀ ਬੌਸ, ਇਹਨੇ ਤਾਂ ਤੁਹਾਡੇ ਬਲੌਬ ਨੂੰ ਹੀ ਕੈਦ ਕਰ ਲਿਆ ਹੈ। ਨਹੀਂ, ਇਹ ਨਹੀਂ ਹੋ ਸਕਦਾ। ਵੀਰ, ਮੈਂ ਤੈਨੂੰ ਨਹੀਂ ਛੱਡਾਂਗਾ। ਹਾਂ, ਤੇਰੇ ਅੰਦਰ ਜਿਹੜੀ ਟ੍ਰੈਕਿੰਗ ਡਿਵਾਈਸ ਹੈ ਉਹਦੀ ਮਦਦ ਨਾਲ ਮੈਨੂੰ ਇੱਥੋਂ ਦਾ ਪਤਾ ਮਿਲਿਆ। ਵੀਰ, ਇਹ ਜੋ ਬਲੌਬ ਹੈ ਉਹਨੂੰ ਪਹਿਲਾਂ ਫ੍ਰੀਜ਼ ਕਰਨਾ ਹੋਵੇਗਾ, ਫਿਰ ਉਹਦੇ ਉੱਤੇ ਫਲੇਮ ਦੀ ਰੇਸ ਛੱਡ ਕੇ ਉਹਦੇ ਟੁਕੜੇ ਕਰਕੇ ਉਹਨੂੰ ਖਤਮ ਕਰਨਾ ਪਵੇਗਾ, ਤਾਂ ਹੀ ਅਸੀਂ ਉਹਦੀ ਤਬਾਹੀ ਤੋਂ ਬਚ ਸਕਦੇ ਹਾਂ। ਠੀਕ ਹੈ। ਹੁਣ ਵੀਰ, ਤੇਰਾ ਖੇਲ ਖਤਮ। ਵੀਰ, ਮੈਂ ਜਿਹੜਾ ਤਰੀਕਾ ਦੱਸਿਆ ਸੀ ਉਹੀ ਕਰ। ਵੀਰ, ਇਹ ਜੋ ਬਲੌਬ ਹੈ ਉਹਨੂੰ ਪਹਿਲਾਂ ਫ੍ਰੀਜ਼ ਕਰਨਾ ਹੋਵੇਗਾ, ਫਿਰ ਉਹਦੇ ਉੱਤੇ ਫਲੇਮ ਦੀ ਰੇਸ ਛੱਡ ਕੇ ਉਹਦੇ ਟੁਕੜੇ ਕਰਕੇ ਉਹਨੂੰ ਖਤਮ ਕਰਨਾ ਪਵੇਗਾ। ਦਾਦਾ ਜੀ, ਵੀਰ ਤਾਂ ਜ਼ਮੀਨ ਦੇ ਅੰਦਰ ਚਲਾ ਗਿਆ। ਬਸ,
ਤੁਹਾਡਾ ਕੰਮ ਹੋ ਗਿਆ। ਵੀਰ ਇਸ ਫਿਨਿਸ਼ਡ। ਵੀਰ, ਤੂੰ ਤੇ ਕਮਾਲ ਕਰ ਦਿੱਤਾ। ਬਲਾਕ ਫਿਨਿਸ਼ ਹੋ ਗਿਆ। ਬੌਸ, ਇਹ ਤਾਂ ਫੇਰ ਬਚ ਗਿਆ। ਕੈਲੰਡਰ 'ਚ ਅੱਜ ਫੇਰ ਤੋਂ ਕ੍ਰੋਸ ਕਰਨਾ ਪਵੇਗਾ। ਵੀਰ, ਇੱਕ ਵਾਰ ਅਸੀਂ ਫੇਰ ਤੋਂ ਜਿੱਤ ਗਏ। ਦਾਦਾ ਜੀ, ਇਹ ਜਿੱਤ ਇਨਸਾਨੀਅਤ ਦੀ ਹੈ।